ਇੱਕ ਵਾਰ ਨਾ ਇੱਕ ਪਿੰਡ ਦੇ ਵਿੱਚ ਅੱਗ ਲੱਗੀ ਤੇ ਇੱਕ ਚਿੜੀ ਛੁੰਝ ਵਿੱਚ ਪਾਣੀ ਭਰ-ਭਰ ਕੇ ਤੇ ਅੱਗ ਉੱਤੇ ਪਾ ਰਹੀ ਸੀ ਤੇ ਬਹੁਤ ਸਾਰੇ ਲੋਕਾਂ ਨੇ ਉਸ ਚਿੜੀ ਨੂੰ ਦੇਖਿਆ ਕਿ ਛੋਟੀ ਜੀ ਛੁੰਝ ਦੇ ਵਿੱਚ ਪਾਣੀ ਭਰ ਕੇ ਲਿਆਉਂਦੀ ਆ ਤੇ ਅੱਗ ਦੇ ਉੱਤੇ ਪਾਉਂਦੀ ਆ ਤੇ ਉਹਦੇ ਵੱਲ ਦੇਖ ਕੇ ਬਹੁਤ ਸਾਰੇ ਲੋਕਾਂ ਦਾ ਹੌਸਲਾ ਵਧਿਆ ਤੇ ਬਹੁਤ ਸਾਰੇ ਲੋਕਾਂ ਨੇ ਪਾਣੀ ਲਿਆ ਕੇ ਪਾਉਣਾ ਸ਼ੁਰੂ ਕਰ ਦਿੱਤਾ ਤੇ ਹੋਰ ਜ਼ੋਰ ਨਾਲ ਕੰਮ ਕਰਨ ਲੱਗੇ ਅਗੁੱਤੇ ਕਾਬੂ ਪਾ ਲਿਆ ਗਿਆ ਲਾਗੇ ਬੈਠਾ ਇੱਕ ਕਾਂ ਵੀ ਦੇਖਦਾ ਸੀਗਾ ਉਸ ਕਾਂ ਨੇ ਉਸ ਚਿੜੀ ਨੂੰ ਪੁੱਛਿਆ ਵੀ ਤੇਰੀ ਨਿੱਕੀ ਜੀ ਚੁੰਝ ਨਾਲ ਤੇ ਅੱਗ ਬੁਝਣੀ ਨਹੀਂ ਸੀ ਤੇ ਤੂੰ ਕਿਹੜੇ ਚੱਕਰਾਂ ਵਿੱਚ ਪਈ ਆਂ ਚਿੜੀ ਨੇ ਉਹਨੂੰ ਬੜਾ ਸੋਹਣਾ ਜਵਾਬ ਦਿੱਤਾ ਕਹਿੰਦੀ ਮੈਂ ਜਾਣਦੀ ਆਂ ਮੇਰੀ ਛੋਟੀ ਜੀ ਚੁੰਝ ਦੇ ਪਾਣੀ ਦੇ ਨਾਲ ਇਹ ਅੱਗ ਬੁਝਣੀ ਨਹੀਂ ਸੀ ਪਰ ਜਦੋਂ ਵੀ ਇਸ ਅੱਗ ਦਾ ਜਿਕਰ ਆਊਗਾ ਨਾ ਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਊਗਾ ਲਾਗੇ ਬੈਠ ਕੇ ਤਮਾਸ਼ਾ ਦੇਖਣ ਵਾਲਿਆਂ ਵਿੱਚ ਨਹੀਂ ਆਊਗਾ ਛੋਟੇ ਛੋਟੇ ਯਤਨ ਜਿਹੜੇ ਚੰਗੇ ਕੰਮ ਲਈ ਕੀਤੇ ਜਾਣ ਉਹ ਸਾਡੀ ਜ਼ਿੰਦਗੀ ਵਿੱਚ ਸਾਡੀ ਸੋਭਾ ਨੂੰ ਵਧਾਉਂਦੇ ਆ ਇਸ ਲਈ ਚੰਗੇ ਯਤਨ ਕਰਨ ਤੋਂ ਕਦੀ ਪਿੱਛੇ ਨਾ ਪਾਓ ਕੋਈ ਵੀ ਚੰਗਾ ਕੰਮ ਕਦੇ ਵੀ ਛੋਟਾ ਨਹੀਂ ਹੁੰਦਾ